ਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਵਕਤ ਅਸੀਂ ਮੌਜੂਦ ਆਂ ਤਸਵੀਰਾਂ ਦਿਖਾਉਣੀਆਂ ਆ ਤੇ ਇੱਕ ਤਸਵੀਰ ਸਕੂਲ ਤੋਂ ਬਾਅਦ ਇੱਥੋਂ ਦੇ ਅਧਿਆਪਕ ਰਜਿੰਦਰ ਸਿੰਘ ਜੀ ਦੀ ਦਿਖਾਉਣੀਆਂ ਜਿਨ੍ਹਾਂ ਦੀ ਮਿਹਨਤ ਸਦਕਾ ਇਸ ਸਕੂਲ ਦੀ ਨੁਹਾਰ ਬਦਲੀ ਕੁਝ ਸਾਲ ਪਹਿਲਾਂ ਉਹਨਾਂ ਦੀ ਪੋਸਟਿੰਗ ਇਹ ਸਰਕਾਰੀ ਸਕੂਲ ਦੇ ਵਿੱਚ ਹੁੰਦੀ ਹੈ ਉਦੋਂ ਹਾਲਾਤ ਕੀ ਸੀ ਤੇ ਹੁਣ ਹਾਲਾਤ ਕੀ ਹੈ ਇਹ ਸਭ ਕੁਝ ਉਹਨਾਂ ਤੋਂ ਜਾਣਾਂਗੇ ਰਜਿੰਦਰ ਸਿੰਘ ਜੀ ਜਦੋਂ ਤੁਹਾਡੀ ਪੋਸਟਿੰਗ ਇੱਥੇ ਹੋਈ ਉਦੋਂ ਸਕੂਲ ਦੇ ਕੀ ਹਾਲਾਤ ਸੀ ਤਸਵੀਰ ਕੀ ਸੀ ਸਕੂਲ ਦੀ ਕਿੰਨੇ ਬੱਚੇ ਸੀਗੇ ਕਿੰਨੇ ਅਧਿਆਪਕ ਸੀ ਸਭ ਕੁਝ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਜਗ ਬਾਣੀ ਦੀ ਸਾਰੀ ਟੀਮ ਦਾ ਤੁਸੀਂ ਇੱਥੇ ਪਹੁੰਚਿਓ ਤੈ ਦਿਲੋਂ ਧੰਨਵਾਦ ਕਰਦੇ ਆ ਸਾਡੇ 스마트 ਸਕੂਲ ਕੋਟੇਂਦਰ ਸਿੰਘ ਦੀ ਟੀਮ ਵੱਲੋਂ ਔਰ ਜਿੱਦਾਂ ਤੁਸੀਂ ਗੱਲ ਪੁੱਛੀ ਹੈ ਕਿ ਸ਼ੁਰੂ ਤੋਂ ਲੈ ਕੇ ਮੈਂ ਇੱਥੇ 2015 ਦੇ ਵਿੱਚ ਜੁਆਇਨ ਕੀਤਾ ਜੀ ਇਹ ਸਕੂਲ ਦੇ ਵਿੱਚ ਜਦੋਂ 2015 ਦੇ ਵਿੱਚ ਮੈਂ ਆਇਆ ਸੀ ਤਾਂ ਉਦੋਂ ਇਹ ਸਕੂਲ ਦੀ ਹਾਲਤ ਮਤਲਬ ਬੜੀ ਤਰਸੀਯੋਗ ਸੀਗੀ ਕੱਚੀ ਸਾਰਾ ਬਿਲਡਿੰਗ ਕੱਚਾ ਇਮਾਰਤ ਸਾਰੀ ਰੰਗ ਰੋਗਣ ਬਿਲਕੁਲ ਨਹੀਂ ਸੀਗਾ ਜੋ ਤੁਸੀਂ ਦੇਖ ਰਹੇ ਹੋ ਅੱਜ ਦੀ ਘੜੀ ਬਿਲਕੁਲ ਇਹਨੂੰ ਕਹਿ ਦਈਏ ਵੀ ਚੇਂਜ ਕਰ ਦਿੱਤਾ ਇਹਨੂੰ ਅਸੀਂ ਔਰ ਇਸ ਦੇ ਵਿੱਚ ਜਿਆਦਾ ਰੋਲ ਦਾਨੀ ਸੱਜਣਾ ਦਾ ਸਹਿਯੋਗੀਆਂ ਦਾ ਪੰਜਾਬ ਸਰਕਾਰ ਦਾ ਸਹਿਯੋਗ ਹੈ ਔਰ ਉਦੋਂ ਤੋਂ ਲੈ ਕੇ 2015 ਤੋਂ ਲੈ ਕੇ ਮਤਲਬ ਇਹ ਸਕੂਲ ਦੀ ਮਤਲਬ ਵਿਕਾਸ ਦੀ ਜਿਹੜੀ ਹੈ ਪੌੜੀ ਦਰ ਪੌੜੀ ਅੱਗੇ ਵਧੇ ਗਏ ਆ ਅਸੀਂ ਬੱਚਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇੱਥੇ 35 ਬੱਚੇ 2015 ਦੇ ਵਿੱਚ ਪੜ੍ਹਦੇ ਸੀ ਔਰ ਉਸ ਤੋਂ ਬਾਅਦ ਵਾਧੇ-ਵਾਧੇ ਹੁਣ ਇੱਥੇ 250 ਬੱਚੇ ਦੀ ਸਟਰੈਂਥ ਆ ਸਾਡੇ ਕੋਲੇ ਔਰ ਜ਼ਿਲ੍ਹੇ ਦਾ ਬਠਿੰਡੇ ਦਾ ਸਭ ਤੋਂ ਪਹਿਲਾ ਸਮਾਰਟ ਸਕੂਲ ਕਹਿ ਦਈਏ ਇੰਗਲਿਸ਼ ਮੀਡੀਅਮ ਦੀ ਸ਼ੁਰੂਆਤ ਇਸ ਸਕੂਲ ਨੇ ਕੀਤੀ ਸਭ ਤੋਂ ਪਹਿਲਾਂ ਔਰ 2015 ਦੇ ਵਿੱਚ ਮਤਲਬ ਬੱਚੇ ਘਟਨ ਕਰਕੇ ਹੌਲੀ-ਹੌਲੀ ਮੈਂ ਇੱਥੇ ਸਿੰਗਲ ਟੀਚਰ ਵੀ ਰਹਿ ਗਿਆ ਸੀ 2016 ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਬੱਚੇ ਜਦੋਂ ਬਾਹਰਲੇ ਪਿੰਡਾਂ ਦੇ ਜਾ ਕੇ ਲਿਆਉਣੇ ਸ਼ੁਰੂ ਕੀਤੇ ਤਾਂ ਬੱਚਿਆਂ ਦੀ ਵਾਧੇ ਗਿਣਤੀ ਕਰਕੇ ਐਟ ਪ੍ਰੈਸੈਂਟ ਹੁਣ ਇੱਥੇ 8 ਪੋਸਟਾਂ ਅਸੀਂ ਕਹਿ ਸਕਦੇ ਹਾਂ 5 ईटीटी टीचर ਦੀਆਂ ਔਰਤਾਂ ਨਾ ਵਲੰਟੀਅਰ ਦੀਆਂ ਹੁਣ ਇਥੇ 8 ਪੋਸਟਾਂ ਹੋ ਚੁੱਕੀਆਂ ਜੀ ਬੱਚਿਆਂ ਦੀ ਗਿਣਤੀ 250 ਉਹਦੇ ਮੁਤਾਬਕ ਇਸ ਸਮਾਰਟ ਪ੍ਰੋਜੈਕਟ ਅਧੀਨ ਕੀ ਕੁਝ ਸਕੂਲ ਦੇ ਵਿੱਚ ਵਿਕਾਸ ਦੀਆਂ ਚੀਜ਼ਾਂ ਆਈਆਂ ਜਾਂ ਇਥੋਂ ਸ਼ੁਰੂਆਤ ਹੋਈ ਇਹ ਪੰਜਾਬ ਪੱਧਰ ਤੇ ਵੀ ਇਸ ਨੂੰ ਲਾਗੂ ਕੀਤਾ ਗਿਆ ਜਿਹੜਾ ਸਮਾਰਟ ਸਕੂਲ ਪ੍ਰੋਜੈਕਟ 2016-17 ਦੇ ਵਿੱਚ ਚੱਲਿਆ ਸਾਡੇ ਮਾਨਯੋਗ ਸਿੱਖਿਆ ਸਕੱਤਰ ਜੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਅਗਵਾਈ ਹੇਠ ਉਹ ਮਤਲਬ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਤਲਬ ਸਿੱਖਿਆ ਸਕੱਤਰ ਜੀ ਨੇ ਪੰਜਾਬ ਦੇ ਕੁਝ ਮਾਡਲ ਸਕੂਲਾਂ ਨੂੰ ਚੁਣਿਆ ਜਿੱਥੇ ਮਤਲਬ ਟੀਚਰਾਂ ਵੱਲੋਂ ਆਪਣੇ ਵਿਸ਼ੇਸ਼ ਉਪਰਾਲੇ ਦੇ ਨਾਲ ਸਕੂਲਾਂ ਨੂੰ ਉਹਨਾਂ ਦੇ ਵਿੱਚ ਸੁਧਾਰ ਕੀਤਾ ਜੇ ਗਿਆ ਸੀ ਮਤਲਬ ਬੱਚਿਆਂ ਦੀ ਸਿੱਖਿਆ ਦੇ ਵਿੱਚ ਔਰ ਸਕੂਲ ਦੀ ਇਮਾਰਤ ਦੇ ਵਿੱਚ ਮਤਲਬ ਐਜ਼ ਅ ਸਮਾਰਟ ਸਕੂਲ ਨੂੰ ਡਿਵੈਲਪ ਕੀਤਾ ਗਿਆ ਸੀ ਤਾਂ ਉਹਨਾਂ ਸਕੂਲਾਂ ਦੇ ਵਿੱਚੋਂ ਉਹਨਾਂ ਟੀਚਰਾਂ ਨੂੰ ਬੁਲਾਇਆ ਗਿਆ ਚੰਡੀਗੜ੍ਹ ਮੁਹਾਲੀ ਵਿਖੇ ਉਹਨਾਂ ਦੀ ਮੀਟਿੰਗ ਕੀਤੀ ਗਈ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਮਤਲਬ 4 450 ਟੀਚਰ ਉੱਥੇ ਗੈਦਰਿੰਗ ਹੋਈ ਸੀਗੀ ਉਹਨਾਂ ਤੋਂ ਸੁਜੈਸ਼ਨ ਲੈ ਕੇ ਬੱਚੇ ਮਤਲਬ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਸੀ ਜਿਹਨੂੰ ਅਸੀਂ ਸਮਾਰਟ ਸਕੂਲ ਪ੍ਰੋਜੈਕਟ ਦੇ ਨਾਮ ਨਾਲ ਜਾਣਦੇ ਹਾਂ ਅੱਜ ਜਿਸ ਮਹੱਤਵਤਅਤ ਮਤਲਬ ਜਿਹੜੇ ਕੁਝ ਕੁ ਚੁਣਿੰਦਾ ਸਕੂਲਾਂ ਦੇ ਮਤਲਬ ਵਧੀਆ ਚੀਜ਼ਾਂ ਸੀ ਉਹ ਸਾਰੇ ਪੰਜਾਬ ਦੇ ਸਕੂਲਾਂ 'ਚ ਮਤਲਬ ਐਪਲੀਕੇਬਲ ਹੋ ਗਈਆਂ ਸੀ ਉਸ ਤੋਂ ਬਾਅਦ ਔਰ ਉਹਦੇ ਨਾਲ ਸਾਰੇ ਪੰਜਾਬ ਦੇ ਸਕੂਲ ਹੀ ਲਗਭਗ ਆਪਾਂ ਦਿਖਪੱਖੋਂ ਸਮਾਰਟ ਮੰਨਦੇ ਹਾਂ ਔਰ ਐਜੂਕੇਸ਼ਨ ਦਾ ਵੀ ਕਾਫੀ ਸੁਧਾਰ ਹੋਇਆ ਤਾਂ ਇਸ ਪ੍ਰੋਜੈਕਟ ਦੀ ਜਦੋਂ ਸ਼ੁਰੂਆਤ ਹੋਈ ਹੈ ਤਾਂ ਉਸ ਦੇ ਵਿੱਚ ਮਤਲਬ ਅਸੀਂ ਮਾਨ ਮਹਿਸੂਸ ਕਰਦੇ ਹਾਂ ਇਹ ਗੱਲ ਦੱਸਦੇ ਹਾਂ ਕਿ ਉਸ ਦੀ ਸ਼ੁਰੂਆਤ ਦੇ ਮੋਢੀ ਜਿਹੜੇ ਸਕੂਲ ਸੀ ਉਹਨਾਂ ਦੇ ਵਿੱਚ ਸਾਡੇ ਸਕੂਲ ਦਾ ਵੀ ਨਾਮ ਹੈ। ਤੁਹਾਡਾ ਕੀ ਸਹਿਯੋਗ ਰਿਹਾ ਹੈ ਸਕੂਲ ਦੇ ਵਿੱਚ? ਹੱਥੀ ਕੰਮ ਕੀ ਕੀਤੇ? ਅਧਿਆਪਕਾਂ ਨੂੰ ਸਟੱਡੀ ਬੱਚਿਆਂ ਨੂੰ ਕਰਾਈ ਉਸ ਦੇ ਨਾਲ ਹੋਰ ਕੀ ਕੁਝ ਕੰਮ ਸਕੂਲ ਦੇ ਵਿੱਚ ਕੀਤੇ? ਅ ਸਰ ਜਦੋਂ ਅਸੀਂ 2015 ਦੇ ਵਿੱਚ ਮੈਂ ਇੱਥੇ ਆਇਆ ਸੀਗਾ ਤਾਂ ਸਾਰੇ ਪੱਖਾਂ ਤੋਂ ਹੀ ਇੱਥੇ ਮਤਲਬ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਸੀ। ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਸੀ, ਸਕੂਲ ਬੰਦ ਹੋਣ ਵਾਲਾ ਲਗਾਤਾਰ ਵਧ ਰਿਹਾ ਸੀ। ਉਹਨੂੰ ਬਚਾਉਣ ਲਈ ਚਾਹੀਦਾ ਸੀ ਵੀ ਇੱਥੇ ਗਿਣਤੀ ਵਧੇ। ਗਿਣਤੀ ਵਧਾਉਣ ਲਈ ਜ਼ਰੂਰੀ ਸੀ ਵੀ ਕਿ ਜਦੋਂ ਅਸੀਂ ਬੱਚਿਆਂ ਦੇ ਐਜੂਕੇਸ਼ਨ ਲੈਵਲ ਦੀ ਗੱਲ ਕਰਦੇ ਆ ਤਾਂ ਉਹ ਐਜੂਕੇਸ਼ਨ ਲੈਵਲ ਜੇ ਅਸੀਂ ਪਿੰਡ ਦੇ ਵਿੱਚ ਪਿੰਡ ਬੜਾ ਛੋਟਾ ਹੈ ਬੱਚੇ ਬੜੇ ਥੋੜੇ ਇੱਥੋਂ ਦੇ ਤਾਂ ਮੈਂ ਇਹ ਸੋਚਿਆ ਵੀ ਬੱਚਿਆਂ ਨੂੰ ਇਸ ਕਾਬਲ ਬਣਾਈਏ ਕਿ ਬਾਹਰਲੇ ਪਿੰਡਾਂ ਚ ਜਾ ਕੇ ਅਸੀਂ ਪ੍ਰਾਈਵੇਟ ਸਕੂਲਾਂ ਦੇ ਨਾਲ ਕੰਪੀਟੀਸ਼ਨ ਕਰ ਸਕੀਏ ਤਾਂ ਉਦੋਂ ਬਹੁਤ ਜ਼ਿਆਦਾ ਮਿਹਨਤ ਓਵਰਟਾਈਮ ਵੀ ਇੱਥੇ ਕੰਮ ਕੀਤਾ ਸ਼ਾਮ-ਸ਼ਾਮ ਰਾਤ ਹੋ ਜਾਂਦੀ ਸੀ ਇੱਥੇ ਪਹਿਲਾਂ ਸਕੂਲ ਟਾਈਮ ਸਟੱਡੀ ਤੇ मतलब ਉਹ ਤੋਂ ਮੈਂ ਸਿੰਗਰ ਟੀਚਰ ਸੀ ਪੰਜੇ ਕਲਾਸਾਂ ਨੂੰ ਹੀ ਮੈਂ ਟੀਚ ਕਰਦਾ ਸੀ ਮਤਲਬ ਇਸ ਬਰਾਂਡੇ ਦੇ ਵਿੱਚ ਜਿੱਦੇ ਚੱਪ ਖੜੇ ਆ ਮਤਲਬ ਪੰਜੇ ਕਲਾਸਾਂ ਐਸ ਮਤਲਬ ਕਰਨ ਵਾਈ ਕਰਨ ਉਹਦੀ ਬਾਰੇ ਆਉਂਦੀ ਹੁੰਦੀ ਸੀ ਔਰ ਉਹਨਾਂ ਨੇ ਇੰਨੀ ਕ ਮਿਹਨਤ ਕੀਤੀ ਕੁਝ ਪਿੰਡ ਚੋਂ ਸਹਿਯੋਗ ਮਿਲਿਆ ਦਾ ਨੀ ਸੱਜਣਾ ਦਾ ਹੌਲੀ ਹੌਲੀ ਅੱਗੇ ਵਧੇ ਬੱਚਿਆਂ ਨੂੰ ਬਾਹਰ ਲੈ ਕੇ ਗਏ ਕੰਪੀਟੀਸ਼ਨ ਕਰਵਾਇਆ ਤਾਂ ਮਾਪੇ ਸੈਟੀਸਫਾਈ ਹੋਏ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਭੇਜਦੇ ਸੀ ਤਾਂ ਉਹ ਮੁੜ ਕੇ ਇੱਥੇ ਦਾਖਲ ਹੋਣੇ ਸ਼ੁਰੂ ਹੋਏ ਬੱਚਿਆਂ ਦੀ ਗਿਣਤੀ ਵਧੀ ਉਹਦੇ ਨਾਲ ਮਤਲਬ ਬੱਚਿਆਂ ਦੇ ਵਧਨ ਨਾਲ ਟੀਚਰ ਪੋਸਟ ਕ੍ਰੀਏਟ ਹੋਗੀ ਨਵੀਂ ਟੀਚਰ ਆਗੇ ਬਾਦ ਸਾਡੀ ਟੀਮ ਬਣਨੀ ਸ਼ੁਰੂ ਹੋ ਗਈ ਹੁਣ ਐਟ ਪ੍ਰੈਜ਼ੈਂਟ ਇੱਥੇ 8 ਪੋਸਟਾਂ ਜਿੱਥੇ ਅਸੀਂ 5 ਪੋਸਟਾਂ ਫੈਲਣੇ ਜਿੱਥੇ ਅਸੀਂ 5 ਬੰਦੇ ਇੱਥੇ ਕੰਮ ਕਰ ਰਹੇ ਹਾਂ ਔਰ ਸਾਰੇ ਟੀਚਰ ਬੜੇ ਮਿਹਨਤੀ ਨੇ ਸਾਡੇ ਸਕੂਲ ਦੇ ਮੁਖੀ ਨੇ ਭਿੰਦਰ ਸਿੰਘ ਜੀ ਮੁਕਸਰ ਤੋਂ ਆਉਂਦੇ ਨੇ ਮੈਡਮ ਸੁਮਨ ਲਤਾ ਜੀ ਨੇ ਔਰ ਡੈਪੂਟੇਸ਼ਨ ਤੇ ਨੇ ਸਾਡੇ ਨਾਲ ਰਸਦੀਪ ਸਿੰਘ ਜੀ ਡੱਬ ਵਾਲੀ ਤੋਂ ਆਉਂਦੇ ਆ ਮੈਡਮ ਸਰਸਤੀ ਜੀ ਇਹ ਸਾਰਿਆਂ ਦੀ ਹੁਣ ਟੀਮ ਬਣ ਗਈ ਜਿਹੜਾ ਗੱਲ ਹੈਗੀ ਹੈ ਸਕੂਲ ਨੂੰ ਸਮਾਰਟ ਬਣਾਉਣ ਦੀ ਇਹ ਤਾਂ ਸੀਗੀ ਸਟੱਡੀ ਦੀ ਗੱਲ ਜਿਹੜਾ ਸਕੂਲ ਨੂੰ ਸਮਾਰਟ ਬਣਾਉਣ ਦੀ ਗੱਲ ਸੀ ਤਾਂ ਇੱਥੇ ਹੱਥੀਂ ਕੰਮ ਕਰਨਾ ਪਿਆ ਸਾਨੂੰ ਕਿਉਂਕਿ ਫੰਡਸ ਦੀ ਬੜੀ ਘਾਟ ਸੀ ਗ੍ਰਾਂਟਸ ਬਿਲਕੁਲ ਨਹੀਂ ਸੀਗੀਆਂ ਉਦੋਂ ਸਮਾਰਟ ਕੋਈ ਵੀ ਮਾਵਾਪਾ ਸਕੂਲ 'ਚ ਜਾਂਦਾ ਤਾਂ ਉਹ ਦੇਖਦਾ ਵੀ ਮੇਰੇ ਬੱਚੇ ਦੇ ਬੈਠਣਾ ਜਿੱਥੇ ਕਿ ਉਹ ਜਗ੍ਹਾ ਸਾਫ਼ ਸੁਥਰੀ ਹੈ ਕਿ ਉਹ ਜਗ੍ਹਾ ਦੇ ਵਿੱਚ ਬੈਠਣ ਲਈ ਬੱਚੇ ਨੂੰ ਬੱਚੇ ਦੇ ਵਾਸ਼ਰੂਮ ਦਾ ਬੱਚੇ ਦੇ ਪਾਣੀ ਪੀਣ ਲਈ ਕੀ ਯੋਗ ਪ੍ਰਬੰਧ ਹੈ ਨਹੀਂ ਤਾਂ ਇਹ ਚੀਜ਼ਾਂ ਅਸੀਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਔਰ ਜਿਹੜੀ ਵਰਦੀ ਹੈ ਵਰਦੀ ਦਾ ਕਨਸੈਪਟ ਆਮ ਤੌਰ ਤੇ ਖਾਕੀ ਵਰਦੀ ਨੀਲੀ ਵਰਦੀ ਜਦੋਂ ਬੰਦਾ ਇਹਦੇ ਬਾਰੇ ਵਿਚਾਰ ਵੀ ਸੋਚਦਾ ਸੀ ਤਾਂ ਉਹਦੇ ਦਿਮਾਗ 'ਚ ਸਰਕਾਰੀ ਸਕੂਲ ਦੀ ਪਿਕਚਰ ਆਉਂਦੀ ਸੀ ਇਹ ਚੀਜ਼ ਨੂੰ ਅਸੀਂ ਚੇਂਜ ਕਰਨ ਲਈ 2015 ਤੋਂ ਵਿੱਚ ਸਭ ਤੋਂ ਪਹਿਲੀ ਸ਼ੁਰੂਆਤ ਵਰਦੀ ਤੋਂ ਕੀਤੀ ਮੈਂ ਹੁਣ ਸਾਰ ਇੱਥੇ ਬੱਚਿਆਂ ਦੀ ਵਰਦੀ ਜਿਹੜੀ ਚੇਂਜ ਕਰਤੀ ਵਰਦੀ ਐਜ਼ ਅ ਸਮਾਰਟ ਜਿਵੇਂ ਬੱਚੇ ਟਾਈ ਬੈਲਟ ਬਲੇਜ਼ਰ ਪਹਿਨਦੇ ਆ ਉਹੀ ਜਿਹਾ ਯੂਨੀਫਾਰਮ ਮਤਲਬ ਅਸੀਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਇੱਥੇ ਬੱਚਿਆਂ ਨੂੰ ਲਵਾਤੀ ਹੌਲੀ ਹੌਲੀ ਰੰਗ ਰੋਗਣ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੋ ਗਿਆ ਔਰ ਬੁਰਸ਼ ਆਪ ਚੱਕ ਕੇ ਛੁੱਟੀਆਂ ਸਾਰੀਆਂ ਮੈਂ ਇੱਥੇ ਲਾਈਆਂ ਸਕੂਲ ਦੇ ਤਿੰਨ ਚਾਰ ਰੂਮ ਸੀ ਜਿੰਨੇ ਉਹਨਾਂ ਨੂੰ ਅੰਦਰੋਂ ਪੇਂਟਿੰਗ ਜਿਵੇਂ ਕਾਰਟੂਨਸ ਹੁੰਦੇ ਆ ਉਹ ਚੀਜ਼ਾਂ ਮੈਂ ਆਪਦੇ ਹੱਥਾਂ ਨਾਲ ਡਰਾਅ ਕੀਤੀਆਂ ਕਿਉਂਕਿ ਪੇਂਟਿੰਗ ਦਾ ਬਜਟ ਬਹੁਤ ਵੱਡਾ ਹੁੰਦਾ ਜੀ ਸਭ ਤੋਂ ਵੱਡਾ ਆਪਾਂ ਕਹਿ ਦਈਏ ਵੀ ਮਹਿੰਗਾ ਕੰਮ ਜੇ ਸਕੂਲਾਂ 'ਚ ਇਹੀ ਆ ਪੇਂਟਿੰਗ ਦਾ ਬਹੁਤ ਵੱਡੀ ਗੋਸ ਲੱਖ ਲੱਖ 2-2 ਲੱਖ ਰੁਪਏ ਲੱਗ ਜਾਂਦਾ ਇਹ ਪੇਂਟਿੰਗ ਕਰਵਾਉਣ ਤੇ ਇਹ ਕੰਮ ਮਜਬੂਰੀ 'ਚ ਮੈਂ ਚੱਕਿਆ ਸੀ ਬ੍ਰਸ਼ ਪਰ ਉਹ ਵਧੀਆ ਕੰਮ ਹੋਇਆ ਉਹ ਕਮਰਿਆਂ ਦੇ ਵਿੱਚ ਮਤਲਬ ਉਹਨੂੰ ਸਰਾਇਆ ਗਿਆ ਕੰਮ ਨੂੰ ਹੌਸਲਾ ਮਿਲਿਆ ਤਾਂ ਉਸ ਤੋਂ ਬਾਅਦ ਮਤਲਬ ਜਿੱਥੇ ਵੀ ਦਿੱਕਤ ਆਉਂਦੀ ਸੀ ਇੱਟਾਂ ਦਾ ਕੰਮ ਹੋ ਗਿਆ ਲਾਇਬ੍ਰੇਰੀ ਮੇਰੀ ਲੱਕੜ ਦੀ ਜਿਹੜੀ ਆਪ ਦੇ ਹੱਥੀ ਬਣਾਈ ਹੈ ਮੈਨੂੰ ਲੱਕੜ ਦਾ ਕੰਮ ਆ ਖੁਦ ਜਾਣਨਾ ਹੈ ਔਰ ਇੱਟਾਂ ਦਾ ਕੰਮ ਔਰ ਬਹੁਤ ਸਾਰਾ ਕੰਮ ਮਤਲਬ ਜਿਵੇਂ ਪਾਰਕ ਤੁਸੀਂ ਦੇਖਿਆ ਇਹ ਸਾਰੀਆਂ ਅਕਿਰਤੀਆਂ ਬਣੀਆਂ ਸ਼ੇਪਸ ਬਣੀਆਂ ਆਪਣੇ ਹੱਥੀ ਮੈਂ ਉਹ ਇੱਟਾਂ ਦਾ ਕੰਮ ਕਰਕੇ ਬਣਾਈਆਂ ਔਰ ਉਹਨੂੰ ਮਤਲਬ ਸਿਰਫ ਲੇਬਰ ਸਾਡੀ ਇੰਨੇ ਕ ਵੀ ਉਹਨੂੰ ਪਲਸਤਰ ਵਗੈਰਾ ਮਿਸਤਰੀ ਤੋਂ ਕਰਵਾਇਆ ਮਤਲਬ ਫੰਡਸ ਦੀ ਅਸੀਂ ਬਚਤ ਕੀਤੀ ਇਸ ਤਰ੍ਹਾਂ ਨਾਲ ਮਤਲਬ ਸਕੂਲ ਨੂੰ ਪੂਰਾ ਸਮਾਰਟ ਦਿਖ ਦੇਣ ਲਈ ਕਈ ਇਹ ਵੀ ਇੱਥੇ ਸਾਡਾ 25% ਹੀ ਪੈਸਾ ਲੱਗਿਆ ਜੇ ਆਮ ਆਪਾਂ ਕਈ ਇਹ 100% ਪੈਸਾ ਲੱਗਣਾ ਹੈ ਅਸੀਂ ਉਹਨੂੰ 25 ਰੁਪਈਆ ਚ ਕੰਮ ਨੂੰ ਇੱਥੇ ਆਪਦੇ ਹੱਥੀ ਕਰ ਲਿਆ ਵਧੀਆ ਅੱਛਾ ਸਰਕਾਰ ਦਾ ਕਿੰਨਾ ਸਹਿਯੋਗ ਸੀ 25% ਪੈਸਿਆਂ ਦੇ ਵਿੱਚ ਸਰਕਾਰ ਨੇ ਸਾਨੂੰ ਮਤਲਬ ਸ਼ੁਰੂਆਤੀ ਸਹਿਯੋਗਤਾਦਾਨੀ ਸਜਣਾ ਦਾ ਸੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਜਦੋਂ ਉਸ ਤੋਂ ਬਾਅਦ ਸਾਡੇ ਕੋਲ ਸਾਧਨ ਬਣਦੇ ਗਏ ਬੱਚੇ ਵਧਦੇ ਗਏ ਉਸ ਤੋਂ ਬਾਅਦ ਗਵਰਨਮੈਂਟ ਨੇ ਵੀ ਸਾਨੂੰ 스마트 ਸਕੂਲ ਪ੍ਰੋਜੈਕਟ ਦੇ ਅੱਧਾਈ ਲੱਖ ਦੀ ਗ੍ਰਾਂਟ ਦਿੱਤੀ ਪਹਿਲਾਂ ਫਿਰ ਬੱਚੇ ਵਧੇ ਸੀ ਉਹਦੇ ਕਰਕੇ ਰੂਮ ਦੀ ਰਿਕੁਆਇਰਮੈਂਟ ਹੋ ਗਈ ਜਦੋਂ ਸਾਨੂੰ ਰੂਮ ਔਰ ਫਿਰ ਉਸ ਤੋਂ ਬਾਅਦ ਦੂਸਰਾ ਰੂਮ ਮਿਲ ਗਿਆ ਹੁਣ ਤੀਸਰਾ ਰੂਮ ਹੈ ਉਹਦੀ ਕੰਸਟਰਕਸ਼ਨ ਸ਼ੁਰੂ ਹੋਣ ਵਾਲੀ ਹੈ ਤਿੰਨ ਰੂਮ ਮਿਲ ਗਏ ਔਰ ਨਾਲ ਹੀ ਸਾਨੂੰ ਪ੍ਰੋਜੈਕਟਰਸ ਹੁਣ ਲੇਟੈਸਟ ਸਾਨੂੰ 5 ਕੰਪਿਊਟਰ ਮਿਲੇ ਆ 5 ਕੰਪਿਊਟਰ 4 ਕੰਪਿਊਟਰ ਸਾਡੇ ਕੋ ਪਹਿਲਾਂ ਸੀਗੇ ਕੰਪਿਊਟਰ ਲੈਬ ਚ ਹੁਣ ਸਾਡੀ ਵੱਡੀ ਲੈਬ ਮਤਲਬ ਤਿਆਰ ਹੋ ਰਹੀ ਹੈ ਉਹਦਾ ਕੰਮ ਚੱਲ ਰਿਹਾ ਔਰ ਇਸ ਤਰ੍ਹਾਂ ਨਾਲ ਮਤਲਬ ਲਗਭਗ ਟੋਟਲ ਮੈਂ ਕਹਿ ਸਕਦਾ ਵੀ 30 ਲੱਖ ਦੇ ਕਰੀਬ ਸਰਕਾਰੀ ਮਦਦ ਸਕੂਲ ਨੂੰ ਮਿਲ ਚੁੱਕੀ ਹੈ ਔਰ ਜੇ ਮੈਂ ਗੱਲ ਕਰਾਂ ਦਾਨੀ ਸੱਜਣਾ ਦੀ ਤਾਂ ਸਾਡੇ ਕੋਲ 25 ਲੱਖ ਪਲੱਸ ਦਾ ਜਿਹੜਾ ਖਰਚਾ ਉਹ ਦਾਨੀ ਸੱਜਣਾ ਦਾ ਸਕੂਲ ਤੇ ਖਰਚ ਹੋਇਆ ਜਦੋਂ ਬੱਚੇ ਇੱਥੇ ਵਧੇ ਤਾਂ ਸਾਡੇ ਸਾਬਕਾ ਸਰਪੰਚ ਨੂੰ ਅਸੀਂ ਰਿਕੁਐਸਟ ਕੀਤੀ ਸਰਦਾਰ ਅਮਰਜੀਤ ਸਿੰਘ ਜੀ ਨੇ ਉਹਨਾਂ ਨੇ ਮਤਲਬ ਖੁਸ਼ੀ ਦੇ ਵਿੱਚ ਸਾਨੂੰ ਡੇਢ ਕਨਾਲ ਜਗ੍ਹਾ ਸਕੂਲ ਦੇ ਨਾਲ ਵਾਲੀ ਜਿੱਥੇ ਚਾਰ ਨਵੇਂ ਕਮਰੇ ਬਣੇ ਹੋਏ ਆ ਧੁਰ ਤਿੱਕਰ ਲੰਬੀ ਜਗ੍ਹਾ ਇਹ ਡੇਢ ਕਨਾਲ ਜਗ੍ਹਾ ਜਿਹਦੀ ਕੀਮਤ ਲਗਭਗ 15 ਲੱਖ ਦੇ ਕਰੀਬ ਕੀਮਤ ਹੈ ਦੀ ਔਰ ਉਹ ਸਾਨੂੰ ਡੋਨੇਟ ਕੀਤੀ ਅੱਛਾ ਕਾਫੀ ਵਧੀਆ ਗ੍ਰੀਨਰੀ ਹੈ ਸਕੂਲ ਦੇ ਵਿੱਚ ਪੇਂਟਿੰਗ ਕਾਫੀ ਕੀਤੀ ਹੋਈ ਹੈ ਕਿੰਨੀ okhayi ਕਿੰਨੀ ਹੋਈ ਰੂਪਰੇਖਾ ਬਦਲਣ ਦੇ ਵਿੱਚ ਤਸਵੀਰ ਬਦਲਣ ਦੇ ਵਿੱਚ ਸਰਕਾਰੀ ਸਕੂਲ ਦੀ ਸਟੱਡੀ ਚੇਂਜ ਕੀਤੀ ਸਟੱਡੀ ਨੂੰ ਸਮਾਰਟ ਕਰਤਾ ਤੇ ਆਪਣੀ ਕਮਾਈ ਦੇ ਵਿੱਚੋਂ ਕਿੰਨੀ ਕੋਈ ਕਲੈਕਸ਼ਨ ਕੀਤੀ ਹੈ ਵੀ ਕਿੰਨੇ ਪੈਸੇ ਤੁਹਾਡੇ ਲੱਗ ਚੁੱਕੇ ਨੇ ਅ ਮਤਲਬ ਟੋਟਲ ਕਲੈਕਸ਼ਨ ਦੇ ਵਿੱਚ ਲਗਭਗ 2 ਲੱਖ ਰੁਪਏ ਦੇ ਕਰੀਬ ਪਾਕਟ ਮਨੀ ਸ਼ਾਮਿਲ ਹੈ ਜਿਹਦੇ ਵਿੱਚ ਮੇਰੀ ਅ ਉਹਨੂੰ ਚਾਹੇ ਤੁਸੀਂ ਲੇਬਰ ਵਰਕ ਕਰ ਲਓ ਪੇਂਟਿੰਗ ਦਾ ਵਰਕ ਕਰ ਲਓ ਜਾਂ ਕੈਸ਼ ਮਨੀ ਕਰ ਲਓ ਲਗਭਗ ਔਰ ਦਸਵੰਧ ਮੇਰਾ ਸਾਰਾ ਇੱਥੇ ਸਕੂਲ ਤੇ ਲੱਗਿਆ ਹੋਇਆ ਜਦੋਂ ਮੈਂ ਆਇਆ ਔਰ ਹੁਣ ਵੀ ਅਸੀਂ ਲਾ ਰਹੇ ਹਟੇ ਨਹੀਂ ਹਜੇ ਵੀ ਸਕੂਲ ਅੱਗੇ ਦੀ ਅੱਗੇ ਗਰੋ ਕਰ ਰਿਹਾ ਅਸੀਂ ਵੀ ਉਹ ਮਤਲਬ ਵਧਾ ਰਹੇ ਹਾਂ ਉਹਨੂੰ ਔਰ ਜਿਵੇਂ ਤੁਸੀਂ ਗੱਲ ਕੀਤੀ ਵੀ ਫੰਡਸ ਜਦੋਂ ਅਸੀਂ ਸ਼ੁਰੂਆਤ ਕਰਦੇ ਸੀ ਨਾ ਕਿਸੇ ਵੀ ਮੁਹਿੰਮ ਦੀ ਕੋਈ ਵੀ ਪ੍ਰੋਜੈਕਟ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਇਮਾਰਤ ਖਸਤਾ ਬਿਲਕੁਲ ਔਰ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਇਹਦੇ ਮਤਲਬ 3 3 ਇੰਚ ਡੂੰਘੇ ਖਲੇਪੜ ਮਤਲਬ ਛੱਤ ਡਿੱਗੇ ਹੋਏ ਇਸ ਥਲੇ ਉਹਨੂੰ ਮਤਲਬ ਲਗਭਗ ਸਾਡਾ 70 80000 ਰੁਪਿਆ ਦਾਨੀ ਸਜਣਾ ਦੀ ਮਦਦ ਨਾਲ ਕੁਝ ਆਪਦੀ ਪਾਕਟ ਮਣੀ ਉਹਨੂੰ ਅਸੀਂ ਪਲਾਸਟਰ ਕਰਵਾਇਆ ਮਤਲਬ ਔਰ ਉਸ ਤੋਂ ਬਾਅ मतलब ਇਸ ਤਰ੍ਹਾਂ ਹਰ ਕੰਮ ਦੇ ਵਿੱਚ ਹੀ ਸਾਡਾ ਹੁਣ ਪਿਛਲੇ ਸਾਲ ਅਸੀਂ ਫੁੱਲੀ ਏਸੀ ਸਕੂਲ ਨੂੰ ਕੀਤਾ ਉਹਦੇ ਵਿੱਚ ਵੀ ਮਤਲਬ 2 ਲੱਖ ਰੁਪਏ ਦੇ ਏਸੀ ਲਾਏ ਆ ਮਤਲਬ ਉਹ ਵਿਦਆਊਟ ਐਨੀ ਗਵਰਨਮੈਂਟ ਗ੍ਰਾਂਟ ਅਸੀਂ ਸਕੂਲ ਨੂੰ ਮਤਲਬ ਉਹ ਦਿੱਤੇ ਆ ਇਸ ਤਰ੍ਹਾਂ ਮਤਲਬ ਇਹ ਚੱਲੀ ਜਾ ਰਿਹਾ ਬਾਕੀ ਸਾਰੇ ਸਟਾਫ ਹੀ ਕੰਟ੍ਰਿਬਿਊਟ ਕਰਦੇ ਆ ਸਾਡੀ ਟੀਮ ਬਣੀ ਹੋਈ ਹੈ ਜਿਹੜੀ ਉਹ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਰਲ ਮਿਲ ਕੇ ਕਰਦੇ ਆ ਦਾਨੀ ਸੱਜਣ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਅੱਛਾ ਜਿਸ ਤਰ੍ਹਾਂ ਉਹ ਸ਼ੁਰੂਆਤ ਕੀਤੀ ਵੀ 30 ਸਟੂਡੈਂਟ ਜਿਹੜੇ ਇਸ ਸਕੂਲ ਦੇ ਵਿੱਚ ਪੜਦੇ ਸੀ ਹੁਣ ਤਾਂ ਕਰੀਬ 250 ਦੇ ਬੱਚੇ ਜਿਹੜੇ ਸਕ ਪੇਰੈਂਟਸ ਨੂੰ ਕਿਵੇਂ ਵਿਸ਼ਵਾਸ ਦੇ ਵਿੱਚ ਲਿਆਏ ਕਿ ਵਿਸ਼ਵਾਸ ਦਵਾ ਵੀ এডਿਕੇਸ਼ਨ ਵਧੀਆ ਹੋਵੇਗੀ ਵਧੀਆ ਜਿਹੜੀ ਆ ਉਹਨਾਂ ਨੂੰ এডਿਕੇਸ਼ਨ ਦੇ ਨਾਲ ਨਾਲ ਜਿਹੜੇ ਆ ਸੰਸਕਾਰ ਵੀ ਦਿੱਤੇ ਜਾਣਗੇ ਕਿਸ ਤਰ੍ਹਾਂ ਪੇਰੈਂਟਸ ਨੂੰ ਵਿਸ਼ਵਾਸ ਦੇ ਲਿਆਏ ਕਿਉਂਕਿ ਹਾਲਤ ਕਾਫੀ ਖਸਤਾ ਜੀ ਪੇਰੈਂਟਸ ਦੇਖ ਕੇ ਕਹਿੰਦੇ ਨਹੀਂ ਸੀ ਨਹੀਂ ਵੀ ਅਸੀਂ ਪ੍ਰਾਈਵੇਟ ਚ ਪੜਾਉਣਾ ਉੱਥੇ ਨਹੀਂ ਭੇਜਣਾ ਬਿਲਕੁਲ ਜੀ ਜਦੋਂ ਕੋਈ ਵੀ ਸ਼ੁਰੂਆਤ ਕਰਦੇ ਆ ਤਾਂ ਬਹੁਤ ਹੀ ਔਖਾਈਆਂ ਵੀ ਚੱਲਣੀਆਂ ਪੈਂਦੀਆਂ ਬਹੁਤ ਦਿੱਕਤਾਂ ਵੀ ਆਉਂਦੀਆਂ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਜੀਤੋੜ ਮਿਹਨਤ ਵੀ ਕਰਨੀ ਪੈਂਦੀ ਹੈ ਔਰ ਅਸੀਂ ਇਹ ਗੱਲ ਕਰ ਚੁੱਕੇ ਹਾਂ ਅਸੀਂ ਇਹ ਕੀਤੀ ਹੈ ਜਦੋਂ ਅਸੀਂ ਸਕੂਲ ਆਉਂ ਤਾਂ ਸਾਡੀ ਮਤਲਬ ਆਪਾਂ ਕਹਿ ਦਈਏ ਪਰਸਨੈਲਿਟੀ ਟੀਚਰਜ਼ ਵਾਲੀ ਹੁੰਦੀ ਸੀ ਬਟ ਜਦੋਂ ਇੱਥੋਂ ਜਾਂਦੇ ਸੀ ਤਾਂ ਐਜ਼ ਅ ਲੇਬਰਮੈਨ ਬਣ ਕੇ ਜਾਂਦੇ ਸੀ ਇਹੋ ਜੀ ਹਾਲਤ ਹੋ ਜਾਂਦੀ ਸੀ ਕਿਉਂਕਿ ਇੱਥੇ ਲੇਬਰ ਦਾ ਕੰਮ ਵੀ ਅਸੀਂ ਬਹੁਤ ਜ਼ਿਆਦਾ ਕੀਤਾ ਸਕੂਲ ਨੂੰ ਐਸ ਸਟੈਂਡਰਡ ਤੱਕ ਲਿਆਉਣ ਵਾਲਾ ਜਿਹੜੀ ਤੁਸੀਂ ਅੱਜ ਇਸ ਦੀ ਸ਼ਕਲ ਦੇਖ ਰਹੇ ਹੋ ਇਸ ਦੇ ਵਿੱਚ ਮਤਲਬ ਹਰ ਜਗ੍ਹਾ ਤੇ ਸਾਡਾ ਪਸੀਨਾ ਕੂਨ ਪਸੀਨੇ ਦੀ ਮਿਹਨਤ ਹੈ ਉਹਦੇ ਕਰਕੇ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਨਾਲ ਇਹਦੇ ਵੀ ਮਾਪੇ-ਬਾਪ ਨੂੰ ਸੈਟੀਸਫਾਈ ਕਰਨ ਦੀ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਸਰ ਅਸੀਂ ਪ੍ਰਤੱਖ ਦੇ ਤੌਰ ਤੇ ਮਾਪੇ-ਬਾਪ ਦੇ ਸਾਹਮਣੇ ਆਪਣੇ ਬੱਚੇ ਨਾਲ ਲਿਆ ਕੇ ਔਰ ਉਹਨਾਂ ਦੇ ਬੱਚਿਆਂ ਨੂੰ ਕੋਲੇ ਬਿਠਾ ਕੇ ਉਹਨਾਂ ਦੀ ਟੈਸਟਿੰਗ ਕਰਵਾਈ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਚੈਲੰਜ ਕੀਤਾ ਵੀ ਤੁਸੀਂ ਕੰਪੀਟੀਸ਼ਨ ਕਰੋ ਸਾਡੇ ਬੱਚਿਆਂ ਨਾਲ ਜਦੋਂ ਮਾਪੇ-ਬਾਪ ਦੇ ਸਾਹਮਣੇ ਕੰਪੀਟੀਸ਼ਨ ਕੀਤਾ ਔਰ ਸਾਡੇ ਬੱਚੇ ਸਪੈਲਿੰਗ ਜੋ ਬੱਚੇ ਨੂੰ ਪੁੱਛਦੇ ਸੀ ਬੱਚੇ ਨੂੰ ਸਟੋਰੀ ਰੀਡਿੰਗ ਕਰਵਾਉਂਦੇ ਸੀ ਇੰਗਲਿਸ਼ ਪੰਜਾਬੀ ਹਿੰਦੀ ਦੀ ਉਹਦੇ ਵਿੱਚ ਦੇਖਿਆ ਮਾਪੇ ਆਪਣੇ ਕਿ ਸਾਡਾ ਆਪਣਾ ਬੱਚਾ ਜਿਹੜਾ ਪ੍ਰਾਈਵੇਟ ਫੀਸਾਂ ਵੀ ਦੇ ਰਹੇ ਆ ਮਤਲਬ ਇੰਨੇ-ਇੰਨੇ ਖਰਚੇ ਭਰਨੇ ਆ ਔਖੇ ਕਿ ਪੜਾ ਰਹੇ ਆ ਤੇ ਉਹ ਬੱਚਾ ਫੇਰ ਵੀ ਮਤਲਬ ਪਿੱਛੇ ਜਾ ਰਿਹਾ ਤੇ ਇੱਕ ਬੱਚਾ ਗਵਰਨਮੈਂਟ ਸਕੂਲ ਚ ਵਿਦਾਊਟ ਐਨੀ ਫੀਸ ਸਟੱਡੀ ਕਰ ਰਿਹਾ ਔਰ ਉਹ ਬੱਚਾ ਬੇਚਜ ਹੋ ਕੇ ਬੜੇ ਆਰਾਮ ਨਾਲ ਪੜ ਰਿਹਾ ਉਹੀ ਚੀਜ਼ ਨੂੰ ਤਾਂ ਉਹ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਸਾਡੇ ਕੋਲੇ ਐਡਮਿਸ਼ਨਾਂ ਦੇ ਮਤਲਬ ਤਾਂਤੇ ਲੱਗੇ ਔਰ ਅੱਜ ਤੱਕ ਵੀ ਰੁਝਾਨ ਜਾਰੀ ਹੈ ਪਿਛਲੇ 2 ਸਾਲਾਂ ਤੋਂ ਅਸੀਂ ਸਕੂਲ ਚ ਬਾਹਰ ਨਹੀਂ ਗਏ ਐਡਮਿਸ਼ਨਾਂ ਲਈ ਮਾਪੇ ਆਪ ਤੁਹਾਰੇ ਸਾਡੇ ਕੋਲੇ ਆ ਰਹੇ ਆ ਤੇ ਪਿਛਲੇ ਸਾਲ ਤੋਂ ਇਹ ਜਿਹੜਾ ਵੇਟਿੰਗ ਚੱਲ ਰਹੀ ਹੈ 1 ਸਾਲ ਦੀ ਸਾਡੇ ਕੋਲੇ ਐਡਮਿਸ਼ਨਾਂ ਐ ਨਹੀਂ ਆ ਰਹੀਆਂ ਕਿ ਸਾਡੇ ਕੋਲੇ ਮਤਲਬ ਬੈਠਣ ਦੀ ਜਗ੍ਹਾ ਘੱਟ ਹੀ ਪਈ ਐ ਇੱਕ ਸਾਲ ਪਹਿਲਾਂ ਜਿਹੜੇ ਬੱਚਿਆਂ ਨੇ ਸਾਡੇ ਕੋਲੇ ਬੱਚਿਆਂ ਦੇ ਫਾਰਮ ਜਮ੍ਹਾਂ ਕਰਵਾਏ ਸੀ ਉਹਨਾਂ ਦੀ ਐਡਮਿਸ਼ਨਾਂ ਅਸੀਂ ਐਤਕੀ ਕੀਤੀਆਂ ਤਾਂ ਹੁਣ ਅਗਲੇ ਸਾਲ ਜਿਹਨਾਂ ਨੇ ਆਉਣਾ ਉਹ ਮਾਵਾਪ ਹੁਣੇ ਆਪਦੇ ਫਾਰਮ ਜਿਹੜੇ ਸਬਮਿਟ ਕਰਵਾ ਰਹੇ ਆ ਤਾਂ ਕਿ ਅਗਲੇ ਸਾਲ ਸਾਡਾ ਬੱਚਾ ਜਿਹੜਾ ਇੱਥੇ ਪੜ੍ਹ ਸਕੇ ਇੱਥੇ ਦੂਜੇ ਪਿੰਡਾਂ ਦੇ ਬੱਚੇ ਵੀ ਆਉਂਦੇ ਇੱਥੇ ਜਾਂ ਇਸ ਪਿੰਡ ਦੇ ਵਿੱਚ ਸੰਖਿਆ ਕਿੰਨੀ ਹੈ ਕਿੰਨੇ ਕਿ ਬੱਚੇ ਇਸ ਪਿੰਡ ਤੋਂ ਜੁੜੇ ਹੋਏ ਆ ਬਿਲਕੁਲ ਜੀ 1 2 3 ਨਹੀਂ ਮਤਲਬ ਪੂਰੇ 15 ਤਰ ਗਿਣਤੀ ਹੈ ਪਿੰਡਾਂ ਦੀ ਜੇ ਮੈਂ ਇਧਰੋਂ ਸ਼ੁਰੂ ਕਰਾਂ ਫ ਉੱਥੋਂ ਸਟਾਰਟ ਹੋ ਜਾਂਦੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਸਾਡਾ ਨਾਲ ਵਾਲਾ ਪਿੰਡਾ ਬਲਾੜ ਮਹਿਮਾ ਦਾਨ ਸਿੰਘ ਵਾਲਾ ਤੇ ਮਹਿਮਾ ਸਵਾਈ ਉਸ ਤੋਂ ਬਾਅਦ ਮਹਿਮਾ ਸਰਕਾਰੀ ਕੋਠੇ ਨੱਥਾ ਸਿੰਘ ਵਾਲੇ 나ਥੀ ਆਣਾ ਭੋਖੜੇ ਤੱਕ ਦੇ ਬੱਚੇ ਵੀ ਔਰ ਇਧਰੋਂ ਗੰਗਾ ਅਬਲੂ ਤੇ ਆਕਲੀਆ ਕਲਾ ਆਕਲੀਆ ਖੁਰਦ ਤਿੰਨੇ ਮਹਿਮੇ ਹੋ ਗਏ ਮਹਿਮਾ ਸਰਜਾ ਸਵਾਈ ਸਰਕਾਰੀ ਗੋਨਿਆਣਾ ਮੰਡੀ ਭੋਖੜਾ ਔਰ ਇਹ ਸਾਰੇ ਪਿੰਡਾਂ ਦੇ ਬੱਚੇ ਔਰ ਆ ਪਿੰਡਾ ਜਿਹੜਾ 15ਵਾਂ ਪਿੰਡ ਹੈ ਜਿੱਥੋਂ ਦੇ ਮਤਲਬ ਟੋਟਲੀ ਸਟਰੈਂਥ ਹੈ ਉਹ ਲਗਭਗ 75% ਬੱਚੇ ਸਕੂਲ ਤੇ ਉਹ ਬਾਹਰਲੇ ਪਿੰਡਾਂ ਦੇ ਆ ਔਰ ਕੋਠੇ ਇੰਦਰ ਸਿੰਘ ਦੇ ਸਾਡੇ ਕੋਲ 60 ਤੋਂ 65 ਬੱਚੇ ਆ ਸਿਰਫ ਬਾਕੀ ਸਾਰੇ ਬੱਚੇ 180 ਦੇ ਕਰੀਬ ਆੜਿਓ ਬਾਹਰਲੇ ਪਿੰਡਾਂ ਦੇ 15 ਮਿੰਟਾਂ ਦੇ ਅੱਛਾ ਫੁਲੀ ਏਸੀ ਦੇਖਿਆ ਜਿਹੜੀ ਵੀ ਕਲਾਸ ਦੇ ਵਿੱਚ ਏਸੀ ਲੱਗਿਆ ਹੋਇਆ ਹੈ ਇਹ ਕਿਸ ਤਰ੍ਹਾਂ ਸਰਕਾਰੀ ਫੰਡ ਦੇ ਵਿੱਚੋਂ ਆ ਜਾਂ ਫਿਰ ਦਾਨੀ ਸੱਜਣਾਂ ਨੇ ਆਪਣੀ ਜੇਬ ਦੇ ਵਿੱਚੋਂ ਲਗਵਾਏ ਨਹੀਂ ਜੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਜੋ ਵੀ ਇੱਥੇ ਜ਼ਿਆਦਾ ਇਨਫਰਾਸਟ੍ਰਕਚਰ ਅਸੀਂ ਦੇਖ ਰਹੇ ਹਾਂ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਦੌਲਤ ਹੈ ਇੱਥੇ ਅ ਅਸੀਂ ਹਰੇਕ ਕੰਮ ਕੀਤਾ ਦਾਨੀ ਸੱਜਣਾ ਦੇ ਨਾਲ ਲੈ ਕੇ ਕੀਤਾ ਔਰ ਉਹਦੀ ਪਹਿਲ ਅਸੀਂ ਆਪਦੇ ਆਪ ਤੋਂ ਕੀਤੀ ਆ ਸਭ ਤੋਂ ਪਹਿਲਾਂ ਅਸੀਂ ਆਪਦੀ ਪੌਕਟ ਨੂੰ ਝਾੜਿਆ ਆਪਦੀ ਪੌਕਟ ਖਾਲੀ ਕੀਤੀ ਦਸਵੰਦ ਕੱਢਿਆ ਉਹਨੂੰ ਉਤਸ਼ਾਹ ਦੇ ਨਾਲ ਸਾਡੇ ਕੋਲੇ ਦਾਨੀ ਸੱਜਣਾ ਆਬਹਾਰੇ ਸਾਡੇ ਕੋਲੇ ਮਤਲਬ ਕੱਲਾ ਪਿੰਡ ਦਾ ਨਹੀਂ ਨਾਲ ਦੇ ਸ਼ਹਿਰ ਸਾਡੇ ਗੋਨਿਆਣਾ ਮੰਡੀ ਬਠਿੰਡੇ ਤੋਂ ਦਾਨੀ ਸੱਜਣ ਜੁੜੇ ਹੋਏ ਆ ਵਿਦੇਸ਼ਾਂ ਤੋਂ ਵੀ ਦਾਨੀ ਸੱਜਣ ਮਤਲਬ ਜਿਵੇਂ ਮੀਡੀਆ ਦੇ ਰਾਹੀਂ ਤੁਹਾਡੇ ਵਰਗੇ ਭਰਾ ਜਿਹੜੇ ਸਾਡੇ ਸਕੂਲ ਨੂੰ ਪਬਲਿਸ਼ ਕਰਦੇ ਆ ਅੱਗੇ ਭੇਜਦੇ ਆ ਉਹਨੂੰ ਮਤਲਬ ਵੀਡੀਓਜ਼ ਨੂੰ ਦੇਖ ਕੇ ਹੀ ਬਹੁਤ ਸਾਰੇ ਦਾਨੀ ਸੱਜਣ ਸਾਡੇ ਸਕੂਲ ਵੱਲ ਪ੍ਰੇਰਿਤ ਹੋਏ ਐ ਔਰ ਇਹ ਸੀ ਸਿਰਫ 1 ਘੰਟੇ ਦੇ ਵਿੱਚ ਅਸੀਂ 2 ਲੱਖ ਦੀ ਕਲੈਕਸ਼ਨ ਕਰਕੇ ਇਸ ਸਕੂਲ ਨੂੰ ਫੁਲੀ ਏਸੀ ਬਣਾਇਆ ਅੱਛਾ ਉਹ ਕੋ ਡਿਮਾਂਡ ਕੀਤੀ ਐ ਪੰਜਾਬ ਸਰਕਾਰ ਤੋਂ ਜਾਂ ਕੋਈ ਪ੍ਰੋਪੋਜ਼ਲ ਭੇਜਾਇਆ ਵੀ ਇਸ ਚੀਜ਼ ਦੀ ਲੋੜ ਐ ਇਹ ਚੀਜ਼ਾਂ ਹੋਣੀ ਚਾਹੀਦੀਆਂ ਸਕੂਲ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਸਾਨੂੰ ਇਸ ਵੇਲੇ ਟੀਚਰਜ਼ ਦੀ ਐ ਸਾਡੇ ਕੋਲੇ 8 ਪੋਸਟਾਂ ਐ ਜਿਹਦੇ ਚੋਂ ਮਤਲਬ ਅਸੀਂ ਕਹੀਏ ਵਰਕਿੰਗ ਤਿੰਨ ਹੀ ਐ ਦੋ ਡੈਪਿਊਟੇਸ਼ਨ ਤੇ ਐ ਪੰਜ ਤਿੰਨ ਪੋਸਟਾਂ ਖਾਲੀ ਨੇ ਵੇਕੈਂਟ ਨੇ ਸਰਕਾਰ ਜਦੋਂ ਹੀ ਭਰਤੀ ਕਰਦੀ ਸਾਨੂੰ ਟੀਚਰਾਂ ਦੀ ਸਭ ਤੋਂ ਪਹਿਲਾਂ ਹੁਣ ਜ਼ਰੂਰਤ ਹੈ ਕਿਉਂਕਿ ਇਹ ਸਾਲ ਸ਼ੁਰੂ ਹੋ ਚੁੱਕਿਆ ਹੈ ਬਾਕੀ ਕਿਤਾਬਾਂ ਆ ਰਹੀਆਂ ਨੇ ਬਾਕੀ ਸਰਕਾਰੀ ਸਹੂਲਤਾਂ ਜਿਹੜੀਆਂ ਉਹ ਆਈ ਜਾਣੀਆਂ ਨੇ ਬੱਚਿਆਂ ਨੂੰ ਮੇਨਲੀ ਜਿਹੜੀਆਂ ਟੀਚਰ ਦੀ ਹੈ ਪਹਿਲੀ ਕਾਟ ਤਾਂ ਦੂਜੀ ਸਾਨੂੰ ਅਸੀਂ ਮੰਗ ਕਰਦੇ ਹਾਂ ਵੀ ਜਿਵੇਂ ਸਾਡੇ ਕੋਲੇ ਬੱਚਿਆਂ ਦਾ ਇੱਕ ਕੇਂਦਰ ਹੈ ਸਕੂਲ 15 ਪਿੰਡਾਂ ਦੇ ਬੱਚਿਆਂ ਦੀ ਮਤਲਬ ਇਹ ਪਹਿਲੀ ਪਸੰਦ ਬਣਿਆ ਹੋਇਆ ਉਸ ਤਰ੍ਹਾਂ ਸਰਕਾਰ ਤੋਂ ਅਸੀਂ ਵਿਸ਼ੇਸ਼ ਗ੍ਰਾਂਟ ਦੀ ਮੰਗ ਕਰਦੇ ਹਾਂ ਸਾਨੂੰ ਵੱਡਾ ਮੀਟਿੰਗ ਹਾਲ ਦੀ ਜ਼ਰੂਰਤ ਹੈ ਸਾਨੂੰ ਇੱਥੇ ਸਾਨੂੰ ਬਿਲਡਿੰਗ ਦੀ ਹੋਰ ਜ਼ਰੂਰਤ ਹੈ ਜਿਵੇਂ ਆ ਸਾਰੀ ਲਾਈਨ ਹੈ ਜਿਹੜੀ ਇਹ ਖਸਤਾ ਹੋ ਚੁੱਕੀ ਹੈ ਇਹਨੂੰ ਮਤਲਬ ਢਾ ਕੇ ਦੁਬਾਰਾ ਨਵੇਂ ਸਿਰੇ ਤੋਂ ਬਣਾਉਣ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਕਮਰਿਆਂ ਦੀ ਘਾਟ ਹੈ ਤਿੰਨ ਨਵੇਂ ਕਮਰੇ ਆ ਬਟ ਸਾਨੂੰ ਸੱਤ ਕਮਰਿਆਂ ਦੀ ਜ਼ਰੂਰਤ ਹੁੰਦੀ ਹੈ ਟੋਟਲ ਔਰ ਨਾਲ ਹੀ ਅਸੀਂ ਇੱਕ ਐਲਈਡੀ ਟਾਈਪ ਮਤਲਬ ਅੱਜਕੱਲ ਨਿਊ ਇਨਸਟਰੂਮੈਂਟ ਆ ਜਿਹੜੇ ਅੱਜਕੱਲ ਵੱਡੇ ਪ੍ਰਧਰ ਦੇ ਸਕੂਲਾਂ ਚ ਇੰਸਟਾਲ ਹੋ ਰਿਹਾ ਉਦਾਂ ਦੀ ਮਤਲਬ ਚਾਹੁੰਦੇ ਆ ਵੀ ਫੈਸਿਲਿਟੀ ਅਸੀਂ ਬੱਚਿਆਂ ਨੂੰ ਦਈਏ ਨਾਲ ਹੀ ਮਤਲਬ ਜਿਹੜੇ ਬੱਚੇ ਵੈਨਾਂ ਤੇ ਆਉਂਦੇ ਆ ਅਸੀਂ ਉਹ ਚ ਵੀ ਸਰਕਾਰ ਤੋਂ ਯੋਗਦਾਨ ਚਾਹੁੰਦੇ ਹਾਂ ਵੀ ਸਰਕਾਰ ਉਹ ਬੱਚਿਆਂ ਦੀ ਥੋੜੀ ਜਿਹੀ ਮਦਦ ਕਰੇ ਕਿਉਂਕਿ ਬੱਚੇ ਸਾਡੇ ਕੋਲ ਬਹੁਤ ਆਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਵੈਨ ਜਿਹੜਾ ਵੈਨ ਦੇ ਚਾਰਜਸ ਜਿਹੜੇ ਉਹ ਪੈਂਦੇ ਆ ਤਾਂ ਉਹ ਕਿਤਨਾ ਕਿਤੇ ਜੀ ਸਰਕਾਰ ਸਮਰਥਨ ਸਹਾਇਤਾ ਦਿੰਦੀ ਹੈ ਤਾਂ ਅਸੀਂ ਇਸ ਸਕੂਲ ਨੂੰ ਹੋਰ ਵੀ ਅੱਗੇ ਲਿਜਾ ਸਕਦੇ ਹਾਂ ਅੱਛਾ ਟੀਨਾ ਸਵਾਲ ਹੁਣ ਸੁਪਨਾ ਕੀ ਹੈ ਨਿੱਜੀ ਤੌਰ ਤੇ ਜਾਂ ਅਧਿਆਪਕ ਦੇ ਤੌਰ ਤੇ ਕਿਸ ਤਰ੍ਹਾਂ ਇਸ ਸਕੂਲ ਨੂੰ ਹੋਰ ਅੱਗੇ ਦੇਖਣਾ ਚਾਹੁੰਦੇ ਹੋ ਜਾਂ ਪੰਜਾਬ ਚ ਜੋ ਐਜੂਕੇਸ਼ਨ ਸਿਸਟਮ ਹੈ ਉਸ ਚ ਕੀ ਕੁਝ ਬਦਲਾਅ ਦੇਖਣਾ ਚਾਹੁੰਦੇ ਹੋ ਮੈਂ ਜਦੋਂ ਛੋਟੀ ਉਮਰ ਚ ਸੀ ਤਾਂ ਮੈਂ ਵੀ ਟੀਚਰ ਬਣਨਾ ਨਹੀਂ ਚਾਹੁੰਦਾ ਸੀ ਕਿਤੇ ਨਾ ਕਿਤੇ ਮੇਰੇ ਮਨ ਚ ਵੀ ਇਹ ਸੀ ਵੀ ਮੈਂ ਨਫ਼ਰਤ ਕਰਦਾ ਸੀ ਵੀ ਟੀਚਰ ਤੋਂ ਕੁੱਟ ਪੈਂਦੀ ਐ ਟੀਚਰ ਦਾ ਤਾਂ ਐਦਾਂ ਦਾ ਅਕਸ਼ ਆਪਦੇ ਦਿਮਾਗ ਚ ਬਣਿਆ ਹੋਇਆ ਸੀ ਪਰ ਜਦੋਂ ਦਾ ਮੈਂ ਇਸ ਨੌਕਰੀ ਚ ਆਇਆ 2004 ਦੇ ਵਿੱਚ ਮੈਂ ਹੁਣ ਤੱਕ ਮੇਰਾ ਚੌਥਾ ਸਕੂਲ ਆਏ ਔਰ ਚਾਰੇ ਸਕੂਲਾਂ ਚ ਹੀ ਅਸੀਂ ਐਦਾਂ ਹੀ ਕੰਮ ਕੀਤਾ ਵੀ ਉਸ ਦਾ ਕੋਈ ਵੀ ਜਿਹੜਾ ਸਕੂਲ ਦਾ ਰਹਿਦਾ ਕੰਮ ਆ ਉਹਨੂੰ ਆਪਦੇ ਹੱਥੀ ਪੂਰਾ ਕਰਨਾ ਜਾਂ ਸਰਕਾਰੀ ਗ੍ਰਾਂਟ ਰਲਾਂ ਜਦਾਨੀ ਸੱਜਣਾ ਦੇ ਸਹਿਯੋਗ ਨਾਲ ਔਰ ਇਹ ਕੰਮ ਜਾਰੀ ਹੈ ਔਰ ਜਾਰੀ ਰਹੇਗਾ ਜਦੋਂ ਇਹ ਸਕੂਲ ਕੋਈ ਸਮਾਰਟ ਬਣ ਜਾਂਦਾ ਤਾਂ ਮੈਂ ਮੇਰੀ ਸੋਚ ਹੁੰਦੀ ਹੈ ਵੀ ਕਿਤੇ ਹੋਰ ਸਕੂਲ ਦੇ ਵਿੱਚ ਅਸੀਂ ਜਾ ਕੇ ਉਹ ਚੀਜ਼ਾਂ ਕਰੀਏ ਕਿਉਂਕਿ ਇਹ ਮੇਰਾ ਚੌਥਾ ਸਕੂਲ ਹੈ ਪਹਿਲੇ ਤਿੰਨ ਸਕੂਲਾਂ 'ਚ ਵੀ ਇਦਾਂ ਹੀ ਕੰਮ ਕੀਤਾ ਉਹ ਸਕੂਲ ਅੱਜ ਸਮਾਰਟ ਸਕੂਲ ਨੇ ਔਰ ਉਹਨਾਂ ਪਿੰਡਾਂ ਦੇ ਵਿੱਚ ਪ੍ਰਾਈਵੇਟ ਜਿਹੜੇ ਸਕੂਲ ਸੀ ਉਹ ਚੱਕੇ ਜਾ ਚੁੱਕੇ ਆ ਸਾਰੇ ਦੇ ਸਾਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਆ ਔਰ ਗਿਆਨ ਸਕੂਲ ਮੇਰਾ ਮਤਲਬ ਅੱਜ ਵੀ ਵਧੀਆ ਉਸ ਟੀਮ ਨੇ ਉਹਨੂੰ ਸਾਂਝਾ ਸਾਂਭਿਆ ਹੋਇਆ ਮੇਰੇ ਉਨ ਤੋਂ ਬਾਅਦ ਦਿਉਣ ਸਕੂਲ 'ਚ ਮੈਂ 3 ਸਾਲ ਆਏ ਆ ਇੱਥੇ ਮੈਨੂੰ 7 ਸਾਲ ਹੋ ਚੁੱਕੇ ਆ ਤਾਂ ਮਤਲਬ ਸਾਰਾ ਜਿਹੜਾ ਟਾਂਚਾ ਤੁਸੀਂ ਦੇਖ ਹੀ ਰਹੇ ਹੋ ਔਰ ਹੁਣ ਮੇਰੀ ਇੱਛਾ ਵੀ ਜਦੋਂ ਇੱਥੇ ਕੰਪਲੀਟ ਹੋ ਗਿਆ ਇਹ ਤਾਂ ਮੈਂ ਮੈਨੂੰ ਅਗਲਾ ਸਰਕਾਰ ਸਰਕਾਰ ਕੋਈ ਵੀ ਸਕੂਲ ਦੇ ਦਿੰਦੀ ਹੈ ਮੈਂ ਜੇ ਟਾਰਗੇਟ ਉਹਨੂੰ ਜਿਹੜਾ ਕਹਿੰਦੇ ਸਕੂਲ ਚੱਲਦਾ ਨਹੀਂ ਜਾਂ ਜਿਹੜੇ ਸਕੂਲ ਨੂੰ ਮਤਲਬ ਆਪਾਂ ਕਹੀਏ ਵੀ ਉੱਥੇ ਬੱਚੇ ਨਹੀਂ ਆਉਂਦੇ ਸਟਰੈਂਥ ਘਟ ਹੈ ਬੱਚੇ ਦੇ ਕਿਸੇ ਪੱਖੋਂ ਸਕੂਲ ਦੀ ਗ੍ਰਾਵਿਟੇ ਆਲੋ ਜਾ ਰਿਹਾ ਤਾਂ ਮੈਂ ਉੱਥੇ ਆਪਦੇ ਐਫਰਟਸ ਦੇ ਨਾਲ ਉਮੀਦ ਕਰਦਾ ਵੀ ਮੇਰੇ ਮੈਂ ਉਸ ਸਕੂਲ 'ਚ ਸੁਧਾਰ ਕਰ ਸਕਦਾ ਹਾਂ ਸੋ ਇਹ ਹਨ ਟੀਚਰ ਰਜਿੰਦਰ ਸਿੰਘ ਜੋ ਅਧਿਆਪਕ ਦੇ ਨਾਲ ਦੇ ਨਾਲ ਸਕੂਲ ਦੀ ਨੁਹਾਰ ਬਦਲਣ ਦਾ ਵੀ ਰੋਲ ਅਦਾ ਕਰ ਚੁੱਕੇ ਨੇ ਕਰਨਾ ਚਾਹੁੰਦੇ ਨੇ ਹੋਰ ਜੋ ਪੰਜਾਬ ਦੇ ਵਿੱਚ ਜਿੰਨੇ ਸਕੂਲਾਂ ਦੀ ਹਾਲਤ ਖਸਤਾ ਹੈ ਪੰਜਾਬ ਸਰਕਾਰ ਦੇ ਅੱਗੇ ਮੰਗ ਵੀ ਕਰ ਰਹੇ ਨੇ ਜੇਕਰ ਉਹਨਾਂ ਦੀ ਡਿਊਟੀ ਉੱਥੇ ਵੀ ਲਾਈ ਜਾਂਦੀ ਹੈ ਤਾਂ ਇਸੇ ਤਰ੍ਹਾਂ ਜੋ ਖਸਤਾ ਹਾਲਤ ਦੇ ਵਿੱਚ ਸਕੂਲ ਪਏ ਨੇ ਉਹਨਾਂ ਦੀ ਵੀ ਨੁਹਾਰ ਬਦਲਣਗੇ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲ ਹੈ ਉਹਨਾਂ ਨੂੰ ਸਮਾਰਟ ਪ੍ਰਾਇਮਰੀ ਸਰਕਾਰੀ ਸਕੂਲ ਬਣਾਉਣ ਦੇ ਵਿੱਚ ਕਾਫੀ ਯੋਗਦਾਨ ਅਧਿਆਪਕ ਰਜਿੰਦਰ ਸਿੰਘ ਦਾ ਰਿਹਾ ਹੈ ਕੁਨਾਲ ਬਾਂਸਲ ਜਗਬਾਨੀ ਟੀਵੀ ਪਿੰਡ ਕੋਠੇ ਇੰਦਰ ਸਿੰਘ ਵਾਲਾ ਜ਼ਿਲ੍ਹਾ ਬਟਿੰਡਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ